ਰਹਿ ਜਾਂਦਾ। ਵੱਡੀ ਮਾਂ ਧਰਤ ਮਹਤ, ਮਾਤਾ ਧਰਤ ਮਹਤ, ਵੱਡੀ ਮਾਂ ਕਿਉਂ? ਇਹ ਜਨਨੀ ਜਨਮ ਦਿੰਦੀ ਏ, ਪਰ ਸਮੇਂ ਨਾਲ ਜਿਸ ਬੱਚੇ ਨੂੰ ਜਨਮ ਦਿੱਤਾ ਮਾਂ ਛੱਡ ਕੇ ਚਲੀ ਜਾਂਦੀ ਏ। ਅਸਲ ਵਿੱਚ ਅਸਲੀ ਧਰਤੀ ਮਾਂ ਤਾਂ ਕਿਆ ਵੱਡੀ, ਇਹ ਸਰੀਰ ਦੀ ਬਣਤਰ ਵੀ ਧਰਤੀ ਵਿੱਚੋਂ ਨਿਕਲੀ, ਤੇ ਜਿਸ ਦਿਨ ਬੰਦੇ ਦੀ ਮੌਤ ਹੋਣੀ ਏ ਧਰਤੀ ਮਾਂ ਨੇ ਆਪਣੇ ਵਿੱਚ ਹੀ ਸਮਾ ਲੈਣਾ। ਕਿਵੇਂ ਮਾਤਾ ਧਰਤ ਮਹਤ ਕਿਉਂ? ਕਿਉਂਕਿ ਜੇ ਅੰਨ ਨਹੀਂ ਤੇ ਪਾਣੀ ਦੀ ਬੂੰਦ ਨਹੀਂ, ਸਮਝ ਗਏ ਤੁਸੀਂ ਮੇਰੀ ਬੇਨਤੀ? ਖਾਕ ਸੇ ਖੁਰਾਕ, ਖੁਰਾਕ ਸੇ ਬਿੰਦ ਔਰ ਖੂਨ, ਇਹ ਕੁਝ ਹੀ ਬਣਤਰ ਹੈ। ਖਾਕ ਸੇ ਖੁਰਾਕ, ਖੁਰਾਕ ਸੇ ਬਿੰਦ ਔਰ ਖੂਨ, ਦੋਨੋਂ ਕੇ ਸਮੇਲ ਸੇ ਮਾਸ ਕਾ ਇੱਕ ਲੋਥੜਾ, ਉਸ ਤੋਂ ਬਾਅਦ ਬਚਪਨ, ਜਵਾਨੀ, ਬੁਢੇਪਾ ਤੇ ਮਰਨ ਤੋਂ ਬਾਅਦ ਫਿਰ ਮਿੱਟੀ ਮਿੱਟੀ ਵਿੱਚ ਸਮਾ ਗਈ। ਕਿਉਂਕਿ ਅਨਰੂਪ ਨਿਕਲਿਆ, ਮਿੱਟੀ ਤੋਂ ਨਿਕਲਿਆ। ਮਾਤਾ ਧਰਤ ਮਹਤ, ਧਰਤੀ ਵੱਡੀ ਮਾਂ ਹੈ ਕਿ ਜਿਸ ਨੇ ਇਸ ਮਨੁੱਖ ਨੂੰ ਆਪਣੀ ਗੋਦ ਵਿੱਚ ਪੈਦਾ ਕੀਤਾ, ਤੇ ਐਸੀ ਮਾਂ ਕੱਲ ਨੂੰ ਇਸੇ ਨੇ ਆਪਣੀ ਗੋਦ ਵਿੱਚ ਫਿਰ ਸਮਾ ਲੈਣਾ ਇਸ ਦੇ ਤਨ। ਇਸ ਤੋਂ ਅਗਾਂਹ ਥੋੜਾ ਜਿਹਾ ਆਪਾਂ ਤੁਰੀਏ, ਜਿਹੜੀ ਗੱਲ ਆਪਾਂ ਕਰਨੀ ਚਾਹੁੰਦੇ, ਅੱਜ ਪੂਰੇ ਦਾ ਪੂਰਾ ਸੰਸਾਰ ਯਤਨਸ਼ੀਲ ਹੈ ਕਿਸੇ ਢੰਗ ਤਰੀਕੇ ਨਾਲ ਬੰਦਾ ਜਿਸ ਧਰਤੀ ਤੇ ਰਹਿ ਰਿਹਾ, ਜਿਸ ਪਲੈਨਟ ਤੇ ਰਹਿ ਰਿਹਾ, ਇੱਥੋਂ ਦੇ ਵਾਤਾਵਰਨ ਨੂੰ ਬਚਾਇਆ ਜਾ ਸਕੇ। ਦੇਖੋ ਹਰ ਪਾਸੇ ਪੋਲੂਸ਼ਨ ਹੀ ਪੋਲੂਸ਼ਨ ਹੈ। ਕਿਸੇ ਬੰਦੇ ਨੂੰ ਤੁਸੀਂ ਦੇਖ ਲਓ, ਹਰ ਬੰਦੇ ਦੀ ਜੇਬ ਵਿੱਚ, ਹਰ ਦੂਜੇ ਬੰਦੇ ਦੀ ਜੇਬ ਵਿੱਚ ਕੋਈ ਨਾ ਕੋਈ ਮੈਡੀਸਨ ਜ਼ਰੂਰ ਸਾਨੂੰ ਮਿਲੇਗੀ, ਇਹ ਸੱਚਾਈ। ਹਰ ਬੰਦੇ ਦੇ ਤਨ ਨੂੰ ਰੋਗ ਲੱਗਾ ਹੈ, ਕਿਸੇ ਨਾ ਕਿਸੇ ਬਿਮਾਰੀ ਨੇ ਗ੍ਰਸਿਆ ਹੈ, ਤੇ ਸੱਚ ਹੈ ਕਿ ਪਰਮਾਤਮਾ ਦੀ ਦਿੱਤੀ ਹੋਈ ਦਾਤ ਬੰਦੇ ਨੇ ਸਭ ਤੋਂ ਜ਼ਿਆਦਾ ਜੇ ਕਿਤੇ ਮਲੀਨਤਾ ਪੈਦਾ ਕੀਤੀ, ਰੱਬ ਦੀ ਦਾਤ ਵੀ ਤੇ ਖਿਮਾ ਕਰਿਓ, ਜੀਵ ਜੰਤੂ ਦੂਜਿਆਂ ਨੇ ਨਹੀਂ ਬੰਦੇ ਨੇ ਖੁਦ ਪੈਦਾ ਕੀਤੀ। ਥੋੜਾ ਜਿਹਾ ਮੈਂ ਬਾਣੀ ਵਿੱਚੋਂ ਅਰਜ਼ ਕਰਨੀ ਚਾਹੁੰਦਾ, ਇੱਕ ਪਾਣੀ, ਦੂਜਾ ਰੁੱਖ ਤੇ ਤੀਜੀ ਧਰਤੀ। ਜਦੋਂ ਅੱਜ ਮੈਂ ਆ ਰਿਹਾ ਸੀ ਤੇ ਮਨ ਚ ਆਇਆ ਕਿ ਗੁਰੂ ਨੇ ਤਾਂ ਰੁੱਖ ਨੇ ਵੀ ਬੜਾ ਸਤਿਕਾਰ ਕੀਤਾ। ਤੁਸੀਂ ਦੇਖਿਓ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਰੱਬ ਨੂੰ ਵੀ ਰੁੱਖ ਕਹਿ ਦਿੱਤਾ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਲਈ ਵੀ ਤਸ਼ਬੀਹ ਰੁੱਖ ਦੀ ਦਿੱਤੀ। ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਇਵੇਂ ਕਿ ਸੰਤ ਦੀ ਤੁਲਨਾ ਵੀ ਰੁੱਖ ਨਾਲ ਕੀਤੀ। ਬਾਬਾ ਸੱਤਾ ਤੇ ਬਲਵੰਡ ਨੇ ਮਾਤਾ ਖੀਵੀ ਦੇ ਪਿਆਰ ਦੀ ਤੁਲਨਾ ਵੀ ਪੱਤਰਾਂ ਵਾਲੇ ਰੁੱਖ ਨਾਲ ਕੀਤੀ। ਮੈਂ ਸਿਰਫ ਪਹਿਲਾਂ ਰੁੱਖ ਸੰਬੰਧੀ, ਕਿਉਂਕਿ ਮੈਨੂੰ ਜੋ ਕੁਝ ਬਾਣੀ ਵਿੱਚ ਆਉਂਦਾ ਮੈਂ ਉਹੀ ਸਾਂਝਾ ਕਰਨਾ। ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਨੇ ਇੱਕ ਰੁੱਖ ਦੀ ਛਾਂ ਮਾਣੀ ਹੈ, ਦੇਖਿਆ ਜੀ ਛਾਂ ਬੜੀ ਠੰਡੀ, ਇਹਦੇ ਫਲ ਬੜੇ ਮਿੱਠੇ ਤੇ ਫਲਾਂ ਦੇ ਅੰਦਰ ਰਸ ਬੜਾ, ਤੇ ਉਹਨਾਂ ਇੱਕੋ ਦਮ ਰੁੱਖ ਨੂੰ ਦੇਖ ਕੇ ਜਦੋਂ ਅੰਦਰੋਂ ਬਾਣੀ ਆਈ ਤੇ ਉਹਨਾਂ ਇੱਕ ਸ਼ਬਦ ਕਿਹਾ, ਕਬੀਰ ਤਰਵਰ ਰੂਪੀ ਰਾਮ ਹੈ। ਕਹਿੰਦੇ ਰੱਬ ਤਾਂ ਰੁੱਖ ਦੀ ਤਰ੍ਹਾਂ, ਕਿੱਡਾ ਕੁ ਸਤਿਕਾਰ ਹੈ, ਕਿਉਂਕਿ ਰੱਬ ਨਾਲ ਕਿਸੇ ਦ੍ਰਿਸ਼ਟ ਮਾਨ ਦੀ ਤੁਲਨਾ ਦੇਣੀ, ਤੁਲਨਾ ਦਾ ਮਤਲਬ ਬਰਾਬਰਤਾ ਨਹੀਂ, ਇੱਕ ਉਦਾਹਰਣ। ਇੱਕ ਰੁੱਖ ਨੂੰ ਕਿਹਾ ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਕਹਿਣ ਲੱਗੇ ਦੇਖੋ ਪਰਮਾਤਮਾ ਇੱਕ ਰੁੱਖ ਦੀ ਤਰ੍ਹਾਂ ਹੈ, ਉਹਦਾ ਫਲ ਬੈਰਾਗ ਦਾ ਹੈ, ਉਪਰਾਮਤਾ ਦਾ ਹੈ, ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਅੱਗੇ ਉਹਨਾਂ ਨੇ ਬਚਨ ਕੀਤਾ ਕਿ ਕਹਿਣ ਲੱਗੇ ਛਾਇਆ ਰੂਪੀ ਸਾਧਕ ਹੈ ਜਿਨ ਤਜਿਆ ਬਾਦ ਵਿਵਾਦ। ਰੁੱਖ ਕੋਲ ਤਿੰਨ ਚੀਜ਼ਾਂ ਨੇ, ਆਪਣਾ ਵਜੂਦ, ਉਹਦੇ ਫਲ ਤੇ ਉਹਦੀ ਛਾਂ। ਕਹਿਣ ਲੱਗੇ ਪਰਮਾਤਮਾ ਰੁੱਖ ਦੀ ਤਰ੍ਹਾਂ ਹੈ, ਉਹਦੇ ਫਲ ਬੈਰਾਗ ਨੇ ਤੇ ਉਹਦੀ ਛਾਂ ਬੰਦਗੀ ਕਰਨ ਵਾਲੇ ਸਾਧ ਨੇ, ਤੇ ਉਹ ਸਾਧ ਜਿਨ੍ਹਾਂ ਬਾਦ ਵਿਵਾਦ ਛੱਡ ਦਿੱਤਾ। ਉੱਥੇ ਹਜ਼ੂਰ ਨੇ ਰੁੱਖ ਨੂੰ ਪ੍ਰਭੂ ਦੀ ਸਮਝਾਉਣ ਲਈ ਇੱਕ ਉਦਾਹਰਣ ਵਜੋਂ ਵਰਤੇ। ਜਦੋਂ ਅਸੀਂ ਬਾਣੀ ਪੜ੍ਹਨੇ ਤੇ ਇਸੇ ਵਿੱਚ ਬਾਬਾ ਸੱਤਾ ਬਲਵੰਡ ਸਾਹਿਬ ਨੇ ਤਾਂ ਮਾਤਾ ਖੀਵੀ ਦੇ ਪਿਆਰ ਨੂੰ ਕਿਹਾ ਕਿ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਕਹਿੰਦੇ ਨੇ ਮਾਂ ਪਤਰਾਲੀ ਦਰ ਤੇ ਜਿਹਦੇ ਪੱਤੇ ਬੜੇ ਸੰਘਣੇ, ਮਾਤਾ ਖੀਵੀ ਇਸ ਤਰ੍ਹਾਂ ਤੇਰੀ ਠੰਡ ਹੈ ਕਿ ਜਿਵੇਂ ਸੰਘਣੇ ਪੱਤਿਆਂ ਵਾਲੀ ਰੁੱਖ ਦੀ ਛਾਂ ਥੱਲੇ ਕੋਈ ਬਹਿ ਜਾਏ ਧੁੱਪ ਤੋਂ ਬਚ ਜਾਂਦਾ, ਤੇਰੇ ਕੋਲ ਬਈਏ ਤੇ ਠੰਡੇ ਪੱਤਿਆਂ ਵਾਲੀ ਛਾਂ ਮਿਲਦੀ। ਇਹਦਾ ਮਤਲਬ ਇੱਕ ਰੁੱਖ ਦੀ ਮਹਾਨਤਾ ਸੀ।
ਇਸ ਤੋਂ ਅਗਲੀ ਮੈਂ ਬੇਨਤੀ ਕਰਾਂ, ਸੱਚ ਇਵੇਂ ਕਿ ਰੁੱਖ ਸਾਡੀ ਜ਼ਿੰਦਗੀ ਦਾ ਸਹਾਰਾ ਨੇ। ਭਗਤ ਪੂਰਨ ਸਿੰਘ ਉਹਨਾਂ ਨੇ ਕਈ ਵਾਰੀ ਇਹ ਸ਼ਬਦ ਕਹਿਣੇ ਕਿ ਆਦਮੀ ਰੁੱਖ ਨੂੰ ਕੱਟਦਾ ਹੈ, ਅਸਲ ਵਿੱਚ ਰੁੱਖ ਨਹੀਂ ਕੱਟਦਾ ਪਿਆ, ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਸਾਹ ਰਗ ਪਿਆ ਕੱਟ ਰਿਹਾ। ਉਹ ਕਿੱਥੋਂ ਸਵਾਸ ਲੈਣਗੇ, ਜ਼ਿੰਦਗੀ ਕਿੱਥੋਂ ਲੈ। ਪਰ ਮੈਂ ਅਧਿਆਤਮਕ ਜੀਵਨ ਵਿੱਚ ਜੋ ਮਹਾਰਾਜ ਜੀ ਨੇ ਕਿਹਾ, ਸੱਚ ਇਵੇਂ ਰੁੱਖ ਤਾਂ ਦਰਵੇਸ਼ ਹੈ, ਇਹ ਦਰਵੇਸ਼ ਹਮੇਸ਼ਾ ਭਲਾ ਹੀ ਕਰਦਾ ਹੈ, ਇਹਨੇ ਬੁਰਾ ਨਹੀਂ ਕਰਨਾ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੁੰਦਾ ਹੈ, ਕਹਿਣ ਲੱਗੇ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਦ। ਉਹਨਾਂ ਨੇ ਸ਼ਬਦ ਵੀ ਰੁੱਖ ਵਰਤਿਆ, ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਰਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਰਾਂਦ। ਦਰਵੇਸ਼ ਤੇ ਰੁੱਖ ਦੋਨਾਂ ਦੀ ਜਿਰਾਂਦ ਇੱਕੋ ਜੀ ਹੈ, ਜਿਰਾਂਦਰ ਤੇ ਜਰਮ ਦੀ ਤਾਕਤ। ਰੁੱਖ ਤੇ ਦਰਵੇਸ਼ ਉਹਨਾਂ ਦੀ ਜਿਰਾਂਦ ਇੱਕੋ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਰਾਂਦ। ਤੇ ਯਾਦ ਰੱਖਿਓ, ਮੈਂ ਇੱਕ ਭਾਈ ਗੁਰਦਾਸ ਸਾਹਿਬ, ਦੂਜੇ ਧੰਨ ਗੁਰੂ ਅਰਜੁਨ ਦੇਵ, ਦੋ ਤਿੰਨ ਬਚਨ ਉਹਨਾਂ ਦੇ ਤੁਹਾਡੇ ਨਾਲ ਸਾਂਝੇ ਕਰਾਂਗਾ ਰੁੱਖ ਦੇ ਸੰਬੰਧੀ। ਭਾਈ ਗੁਰਦਾਸ ਸਾਹਿਬ ਨੇ ਤਾਂ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਜਦੋਂ ਬੰਦਾ ਧੁੱਪ ਨਾਲ ਸੜਦਾ ਹੈ ਤੇ ਰੁੱਖ ਦੀ ਛਾਂ ਦੇਖ ਕੇ ਉਹਦੇ ਵੱਲ ਦੌੜਦਾ ਹੈ, ਰੁੱਖ ਦੇ ਥੱਲੇ ਆਇਆ, ਇੰਨਾ ਪਰਉਪਕਾਰੀ ਰੁੱਖ ਕਿ ਉਹਨੇ ਆਉਂਦਿਆਂ ਸਾਰ ਤਪੇ ਹੋਏ ਬੰਦੇ ਨੂੰ ਕਿਹਾ ਕਿ ਦੇਖ ਇਸ ਚਮੜੀ ਤੇਰੀ ਨੂੰ ਸੂਰਜ ਦੀਆਂ ਕਿਰਨਾਂ ਨੇ ਤਪਾ ਦਿੱਤਾ, ਆ ਤੂੰ ਮੇਰੇ ਕੋਲ, ਮੈਂ ਆਪਣੇ ਪੱਤਿਆਂ ਤੇ ਤਪਸ਼ ਨੂੰ ਜਜ਼ਬ ਕਰ ਲਾਂਗਾ, ਪਰ ਮੇਰੇ ਕੋਲ ਆਏ ਨੂੰ ਮੈਂ ਤੈਨੂੰ ਤੱਤੀ ਵਾਲ ਤੋਂ ਲੱਗਣ ਨਹੀਂ ਦਿਆ, ਤੇਰੇ ਤੱਕ ਤਪਸ਼ ਨਹੀਂ ਆਵੇਗੀ। ਉਹਨੇ ਆਪਣੇ ਪੱਤਿਆਂ ਦੇ ਉੱਪਰ ਉਸ ਤਪਸ਼ ਨੂੰ ਜਰਿਆ, ਪਰ ਸੱਚ ਇਵੇਂ ਕਿ ਉਹਨੇ ਕੋਲ ਸ਼ਰਨ ਆਏ ਹੋਏ ਬੰਦੇ ਨੂੰ ਧੁੱਪ ਨਹੀਂ ਲੱਗਣ ਦਿੱਤੀ। ਪਰ ਬੰਦੇ ਦਾ ਸੁਭਾਅ ਕੀ ਹੈ, ਰੁੱਖ ਦੇ ਥੱਲੇ ਪਿਆ ਤੇ ਛਾਵੇਂ ਧੁੱਪ ਤੋਂ ਬਚਿਆ, ਜਦੋਂ ਸਾਹ ਆਇਆ ਸੁੱਖ ਦਾ ਤੇ ਇੱਕੋ ਦਮ ਰੁੱਖ ਉੱਤੇ ਦੇਖਿਆ। ਭਾਈ ਸਾਹਿਬ ਕਹਿੰਦੇ ਰੁੱਖ ਨੂੰ ਲੱਗਾ ਸੀ ਫਲ, ਬੰਦਾ ਜ਼ਮੀਨ ਤੇ ਪਿਆ ਹੋਇਆ ਮਨ ਚ ਆਇਆ ਕਿ ਫਲ ਬੜਾ ਮਿੱਠਾ ਹੋਣਾ, ਜਿਹਨੇ ਛਾਂ ਦਿੱਤੀ ਉਹਦੇ ਫਲ ਨੂੰ ਦੇਖਿਆ ਤੇ ਫਲ ਨੂੰ ਦੇਖ ਕੇ ਜ਼ਮੀਨ ਤੇ ਪਿਆ ਹੋਇਆ ਪੱਥਰ ਪੂਰੇ ਜ਼ੋਰ ਨਾਲ ਰੁੱਖ ਨੂੰ ਮਾਰਿਆ ਤੇ ਰੁੱਖ ਨੇ ਉਸ ਪੱਥਰ ਦੇ ਬਦਲੇ ਫਲ ਦੇ ਦਿੱਤਾ। ਕਹਿਣ ਲੱਗੇ ਮੇਰਾ ਸੁਭਾਅ ਦਰਵੇਸ਼ਾਂ ਵਾਲਾ ਹੈ, ਤੂੰ ਮੈਨੂੰ ਪੱਥਰ ਦੇਂਗਾ, ਮੈਂ ਤੇਰੀ ਭੁੱਖ ਮਿਟਾਉਣ ਵਾਸਤੇ ਤੈਨੂੰ ਫਲ ਦਿਆਂ। ਚੇਤੇ ਰੱਖਿਓ ਗੁਰਬਾਣੀ ਦੇ ਕੰਸੈਪਟ ਵਿੱਚ। ਉਂਝ ਵੈਸੇ ਮੈਂ ਪੰਜਾਬ ਇੱਕ ਬੇਨਤੀ ਕੀਤੀ ਸੀ, ਅੱਜ ਤਾਂ ਸਿੱਖਾਂ ਦੇ ਘਰਾਂ ਚ ਕਹਿਣਾ ਪੈਂਦਾ, ਲੋਕੋ ਦੋ ਚੀਜ਼ਾਂ ਬਚਾ ਲਓ, ਇੱਕ ਰੁੱਖ ਬਚਾ ਲਓ ਤੇ ਦੂਜੀ ਕੁੱਖ ਬਚਾ ਲਓ, ਇਹੀ ਦੋ ਚੀਜ਼ਾਂ। ਰੁੱਖ ਵੀ ਗਿਆ ਤੇ ਕੁੱਖ ਵੀ ਗਈ, ਕੁੱਖ ਸਮਝ ਗਏ ਮੇਰੀ ਬੇਨਤੀ ਤੁਸੀਂ, ਭਰੂਣ ਖੱਤਿਆ। ਉਹਨੇ ਵੱਟੇ ਮਾਰੇ, ਰੁੱਖ ਨੇ ਫਲ ਦਿੱਤਾ, ਬੰਦੇ ਦੇ ਮਨ ਚ ਆਇਆ ਕਿ ਇਸ ਰੁੱਖ ਦਾ ਤਣਾ ਬੜਾ ਭਾਰਾ ਹੈ, ਆਪਣੇ ਸ਼ਬਦ ਵਰਦੇ ਸਨ ਪੋਰੀ ਬੜੀ ਮੋਟੀ ਹੈ, ਇੱਕ ਕੰਮ ਕਰਾਂਗਾ, ਕਿਸੇ ਦਿਨ ਆਵਾਂਗਾ, ਇਹਨੂੰ ਆਰੇ ਨਾਲ ਕੱਟਾਂਗਾ, ਕੁਹਾੜੇ ਨਾਲ ਕੱਟਾਂਗਾ, ਇਹਦਾ ਸੁਹਾਗਾ ਬਣ ਸਕਦਾ ਹੈ, ਇਹਦੇ ਸ਼ਤੀਰ ਬਣ ਸਕਦੇ ਨੇ, ਇਸ ਦੀਆਂ ਬਾਲੇ ਫੱਟੀਆਂ ਦਰਵਾਜ਼ੇ ਤੇ ਖਿੜਕੀਆਂ ਬਣ ਸਕਦੇ ਨੇ। ਕਹਿੰਦੇ ਨੇ ਉਸ ਨੇ ਆਉਂਦਿਆਂ ਸਾਰ ਕੁਝ ਦਿਨਾਂ ਬਾਅਦ ਰੁੱਖ ਨੂੰ ਕੱਟਿਆ ਤੇ ਜਦੋਂ ਰੁੱਖ ਨੂੰ ਕੱਟਦਾ ਪਿਆ ਸੀ ਉਹਨੇ ਫਿਰ ਵੀ ਪਰਉਪਕਾਰ ਕੀਤਾ ਕਿ ਏਡੇ ਪਰਉਪਕਾਰੀ ਨੂੰ ਖਤਮ ਕਰ ਦੇਣਾ ਚਾਹੀਦਾ। ਰੁੱਖ ਤਾਂ ਦਰਵੇਸ਼ ਦੀ ਤਰ੍ਹਾਂ ਹੈ, ਸੱਚ ਇਵੇਂ ਸਾਡੀ ਮਲੀਨਤਾ ਉਹ ਜਜ਼ਬ ਕਰਦਾ, ਸਾਡੀ ਮਲੀਨਤਾ ਹੀ ਹੈ ਨਾ, ਉਹਨੂੰ ਜਜ਼ਬ ਕਰਦਾ ਤੇ ਆਪਣੇ ਕੋਲੋਂ ਸਾਨੂੰ ਜ਼ਿੰਦਗੀ ਦਿੰਦਾ। ਬਣਾਇਆ ਤਾਂ ਪਰਮਾਤਮਾ ਨੇ ਹੈ, ਆਦਮੀ ਨੇ ਰੁੱਖ ਨੂੰ ਕੱਟਿਆ, ਉਹਨੂੰ ਚੀਰਿਆ, ਚੀਰ ਕੇ ਉਸ ਰੁੱਖ ਦੇ ਉਹਨੇ ਕਸ਼ਤੀ ਬਣਾ ਦਿੱਤੀ, ਉਹਨੇ ਸ਼ਤੀਰ ਬਾਲੇ ਬਣਾ ਦਿੱਤੇ, ਸ਼ਬਦ ਆਪਾਂ ਸਮਝਦੇ, ਸ਼ਤੀਰ ਬਾਲੇ ਬਣਾਏ, ਖਿੜਕੀਆਂ ਦਰਵਾਜ਼ੇ ਬਣਾਏ, ਤੇ ਕਹਿੰਦੇ ਨੇ ਰੁੱਖ ਕੱਟੇ ਹੋਏ ਨੇ ਵੀ ਕਿਹਾ ਭਲਿਆ ਲੱਗਾ ਰਹਿਣ ਦਿੰਦੋ ਤਾਂ ਕਈਆਂ ਦਾ ਭਲਾ ਹੁੰਦਾ। ਭਾਈ ਵੀਰ ਸਿੰਘ ਉਹਨਾਂ ਨੇ ਤੇ ਇੱਕ ਸ਼ਬਦ ਕਿਹਾ, ਇਹ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਅਸਾਡੇ ਲੜਦੇ, ਉਸ ਨਜ਼ਮ ਦਾ ਨਾਮ ਹੀ ਰੁੱਖ ਹੈ, ਕਵਿਤਾ ਦਾ ਨਾਮ ਰੁੱਖ ਹੈ, ਪੰਜਾਬੀ ਦੀਆਂ ਸਤਰਾਂ ਨੇ। ਇਹ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਅਸਾਡੇ ਲੜਦੇ, ਚੌੜੇ ਦਾਓ ਅਸਾਂ ਨਹੀਂ ਜਾਣਾ, ਸਿੱਧੇ ਜਾਣਾ ਚੱਲਦੇ। ਰੁੱਖ ਕਹਿੰਦਾ ਮੈਂ ਤੇਰੇ ਸਾਰੇ ਘਰ ਨੂੰ ਨਹੀਂ ਘੇਰਾਂਗਾ,
ਮੈਨੂੰ ਤੂੰ ਬਗੀਚੇ ਵਿੱਚ ਲਾ, ਮੈਂ 2 ਫੁੱਟ ਥਾਂ ਧਰਤੀ ਤੇ ਮੱਲਾਂਗਾ, ਪਰ ਚੇਤੇ ਰੱਖੀ ਮੈਨੂੰ 2 ਫੁੱਟ ਥਾਂ ਦੇ ਦੇ, ਮੈਂ ਤੇਰੇ ਸਾਰੇ ਘਰ ਨੂੰ ਢੱਕ ਲਵਾਂਗਾ। ਸ਼ਬਦ ਸੁਣੇ ਉਹਨਾਂ ਦੇ, ਇਹ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਸਾਡੇ ਲੜਦੇ, ਚੌੜੇ ਦਾਓ ਅਸਾਂ ਨੀ ਵਧਣਾ, ਸਿੱਧੇ ਜਾਣਾ ਚੜਦੇ, ਘੇਰੇ ਅਤੇ ਫੈਲਾਓ ਸਾਡੇ ਵਿੱਚ ਅਸਮਾਨਾ ਹੋਸਣ, ਗਿੱਠ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਹੋ ਲੜਦੇ। ਹਾਲਾਂ ਕਈ ਦਹਾਕੇ ਪਹਿਲਾਂ ਕਵਿਤਾ ਕੇ ਗਿੱਠ ਥਾਂ ਤੇਰੇ ਘਰ ਚ ਮੱਲੀ, ਪਰ ਪਤਾ ਨੀ ਤੂੰ ਫਿਰ ਵੀ ਲੜ ਲੜ ਕੇ ਮੈਨੂੰ ਕੱਟਣ ਆਉਂਦਾ। ਮੈਂ ਬੇਨਤੀ ਕਰਾਂ, ਰੁੱਖ ਕੱਟਿਆ, ਉਹਦਾ ਸ਼ਤੀਰ ਬਣਾਇਆ, ਉਹਦੀ ਕਸ਼ਤੀ ਬਣਾਈ, ਤੇ ਰੁੱਖ ਨੇ ਇੱਕ ਗੱਲ ਕਹੀ, ਉਹ ਭਲੇ ਮਾਨਸਾ ਬਲਿਆ ਰਹਿਣ ਦਿੰਦੋ, ਤੇਰੇ ਵਰਗੇ ਕਈਆਂ ਦਾ ਭਲਾ ਕਰਦਾ, ਪਰ ਜੇਕਰ ਤੂੰ ਮੈਨੂੰ ਕੱਟ ਲਿਆ, ਮੈਨੂੰ ਚੀਰ ਸੁੱਟਿਆ, ਪਰ ਮੈਂ ਦਰਵੇਸ਼ ਹਾਂ, ਇੱਕ ਗੱਲ ਤੈਨੂੰ ਕਹਾਂ ਕਿ ਜਿਸ ਦਿਨ ਬਾੜ ਆਏਗੀ, ਖੜ ਆਏਗਾ, ਦਰਿਆਵਾਂ ਵਿੱਚੋਂ ਪਾਣੀ ਕਿਨਾਰਿਆਂ ਨੂੰ ਤੋੜੇਗਾ, ਤੇਰੇ ਤੋਂ ਪਾਣੀ ਪਾੜ ਨਾ ਕੀਤਾ ਜਾਏ, ਤੂੰ ਮੇਰੀ ਲੱਕੜ ਨੂੰ ਚੀਰ ਕੇ ਕਸ਼ਤੀ ਬਣਾ, ਤੂੰ ਮੇਰੀਆਂ ਜੜਾਂ ਵੜਦਾ ਰਿਹਾ, ਮੈਂ ਤੇਰੇ ਬੱਚਿਆਂ ਨੂੰ ਬਿਠਾ ਕੇ ਪਾਰ ਕਰ ਦੇਵਾਂ, ਕਿਉਂਕਿ ਰੁੱਖ ਦਰਵੇਸ਼ ਹੈ, ਤੇਰੇ ਬੱਚਿਆਂ ਨੂੰ ਪਾਰ ਕਰਾਂਗਾ। ਜੇ ਤੂੰ ਖਿੜਕੀਆਂ ਦਰਵਾਜ਼ੇ ਬਣਾਏਗਾ, ਲੂ ਚੱਲੇਗੀ, ਮੈਂ ਆਪਣੇ ਉੱਤੇ ਖੰਡਾ ਲਾਂਗਾ, ਤੂੰ ਬੱਚਿਆਂ ਨੂੰ ਅੰਦਰ ਲੈ ਕੇ ਚਲਾ ਜੀ, ਮੈਂ ਤੇਰੇ ਬੱਚਿਆਂ ਨੂੰ ਤੱਤੀ ਵਾਹ ਨਹੀਂ ਲੱਗਣ ਦਿਆ। ਜੇ ਮੀਂਹ ਪਏਗਾ, ਮੈਨੂੰ ਛੱਤ ਉੱਤੇ ਲੈ ਜਾਈ, ਸੱਚ ਐਵੇਂ ਕਿ ਮੈਂ ਇਹ ਛੱਤ ਤੇਰੇ ਸਿਰ ਨੂੰ ਟੱਕਾਂਗਾ, ਪਰ ਤੇਰੇ ਸਿਰ ਦਾ ਨੁਕਸਾਨ ਨਹੀਂ ਹੋਣ ਦਿਆਂਗਾ। ਸੱਚ ਐਵੇਂ ਭਾਈ ਗੁਰਦਾਸ ਸਾਹਿਬ ਨੇ ਤਾਂ ਸ਼ਬਦ ਵਰਤੇ ਕਿ ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜੱਗ ਵਰਸਾਇਆ। ਦੇਖ ਰੁੱਖ ਦੀ ਉਪਮਾ ਇਹਦੇ ਚ, ਉਹ 2-3 ਪੌੜੀਆਂ ਇਕੱਠੀਆਂ ਨੇ, ਮੈਂ ਸਿਰਫ ਇੱਕੋ ਲਈ। ਇੱਕ ਪਾਕਿਸਤਾਨ ਦੇ ਰਾਈਟਰ ਨੇ ਅਲਿਆਸ ਕੁਮਨ, ਸ਼ਾਇਦ ਆਪ ਜੀ ਨੇ ਨਾਮ ਸੁਣਿਆ ਹੋਣਾ। ਮੈਂ ਖਿੰਨ ਵਿੱਚੋਂ ਨਿਕਲ ਕੇ ਥੋੜੀ ਜਿਹੀ ਪੇਂਡੂ ਕਲਚਰ ਦੀ ਮੈਂ ਬੇਨਤੀ ਅੱਜ ਕਰਨ ਲੱਗਾ। ਉਹਨਾਂ ਦਾ ਇੱਕ ਲੇਖ ਸੀ ਕਾਲੀ ਟਾਲੀ, ਉਹ ਬੜਾ ਪੜ੍ਹਨ ਵਾਲਾ ਸੀ, ਤੇ ਮੈਨੂੰ ਕਿਸੇ ਸੱਜਣ ਨੇ ਉਹ ਲੇਖ ਭੇਜਿਆ, ਕਾਲੀ ਟਾਲੀ ਮੈਂ ਉਹ ਪੜ੍ਹਿਆ। ਸੱਚ ਇਹ ਜਦੋਂ ਮੈਂ ਲੇਖ ਪੜ੍ਹਿਆ, ਮੇਰਾ ਅੰਦਰ ਇਮੋਸ਼ਨਲ ਜਿਹਾ ਹੋ ਗਿਆ। ਅੱਧੀ ਰਾਤ ਨੂੰ ਮੈਂ ਪੜ੍ਹਿਆ, ਬੈਠਾ ਸੀ ਬਾਹਰ ਟੋਰਾਂਟੋ, ਮੇਰੀਆਂ ਅੱਖਾਂ ਚੋਂ ਪਾਣੀ ਵਹਿਤ ਹੋਇਆ। ਉਹਨੇ ਕਹਾਣੀ ਕਿਵੇਂ ਲਿਖੀ, 2 ਪਰਿਵਾਰ ਨੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ, ਇੱਕ ਸਿੱਖ ਤੇ ਇੱਕ ਪਰਿਵਾਰ ਮੁਸਲਮਾਨ ਹੋ ਚੁੱਕਾ, ਤੇ ਕਈ ਸਮਾਂ ਪਹਿਲਾਂ ਤੋਂ ਉਹਨਾਂ ਦੀ ਸਾਂਝ ਇੱਕੋ ਵੇ, ਖੂਨ ਇੱਕੋ ਹੈ। ਉਹਦੇ ਕਈ ਕਾਰਨ ਹੁੰਦੇ ਸਨ ਜਿਹੜੇ ਪਹਿਲਾਂ ਕਨਵਰਟ ਹੋਏ, ਕਿਉਂਕਿ ਜਦੋਂ ਧਾੜਾਂ ਪੈਂਦੀਆਂ ਸਨ ਤੇ ਉਹਨਾਂ ਨੇ ਬੱਚਿਆਂ ਨੂੰ, ਨੌਜਵਾਨਾਂ ਨੂੰ ਵਿਗਾਰੀ ਬਣਾ ਕੇ ਲੈ ਜਾਣਾ ਤੇ ਵਾਪਸ ਆਉਣਾ, ਤੇ ਪੁਜਾਰੀ ਕਹਿੰਦਾ ਸੀ ਨਹੀਂ ਇਹ ਭ੍ਰਸ਼ਟਿਆ ਗਿਆ, ਇਹ ਹੁਣ ਵਾਪਸ ਨਹੀਂ ਆ ਸਕਦਾ। ਕਹਿੰਦੇ ਇੱਕ ਪਰਿਵਾਰ ਮੁਸਲਮਾਨ, ਇੱਕ ਸਿੱਖ, ਦੋਨਾਂ ਦਾ ਖੂਨ ਸਾਂਝਾ, ਵੱਡੇ ਵਡੇਰੇ ਇੱਕ ਨੇ, ਤੇ ਜਿੱਦਣ ਜ਼ਮੀਨ ਵੰਡੀ ਤੇ ਇੱਕ ਟਾਹਲੀ ਜਿਹੜੀ ਸੀ ਉਹ ਸਾਂਝੀ ਵੱਟ ਉੱਤੇ ਆ ਗਈ, ਟਾਹਲੀ ਸਾਂਝੀ ਵੱਟ ਤੇ ਆ ਗਈ, ਹਲ ਦੋਨਾਂ ਨੇ ਵਾਹਣੇ ਤੇ ਦਿਨੇ ਸ਼ਾਂ ਇੱਕ ਦੇ ਖੇਤ ਨੂੰ ਦੇਣੀ ਤੇ ਸ਼ਾਮ ਨੂੰ ਟਾਹਲੀ ਨੇ ਸ਼ਾਂ ਦੂਜੇ ਖੇਤ ਨੂੰ ਦੇਣੀ। ਤੇ ਕਹਿੰਦੇ ਨੇ ਦੋਨਾਂ ਨੇ ਜਦੋਂ ਕਿਤੇ ਹਲ ਵਾਹਣਾ, ਆਪਣੀ ਕਈ ਦੇ ਨਾਲ ਮਿੱਟੀ ਲੈਣੀ ਤੇ ਉਸ ਟਾਹਲੀ ਦੇ ਮੁੱਢ ਦੇ 4 ਚੁਫੇਰੇ ਮਿੱਟੀ ਕਲਾ ਦੇਣੀ, ਜਿਵੇਂ ਆਪਾਂ ਕੱਦੂ ਕਰਦੇ ਹਾਂ ਮਿੱਟੀ ਨਾਲ ਬੰਨੇ ਕੱਢਦੇ ਹਾਂ, ਜਦੋਂ ਉਹਨਾਂ ਨੇ ਟਾਹਲੀ ਦੇ ਜੜ੍ਹਾਂ ਦੇ 4 ਚੁਫੇਰੇ ਮਿੱਟੀ ਲਾ ਦੇਣੀ ਤੇ ਉਹਨਾਂ ਨੇ ਟਾਹਲੀ ਦੀ ਜੜ੍ਹ ਨਾ ਛਾਂਗਣ ਦੇਣੀ, ਉਹਦੀਆਂ ਟਾਹਣੀਆਂ ਉਹਨਾਂ ਛਾਂਗਣਾ, ਤੇ ਦੋਨਾਂ ਨੇ ਕਹਿਣਾ ਕਰਨਾ ਆਪਸ ਭਾਵੇਂ ਬੋਲਣਾ ਨਾ, ਉਹਨੇ ਕਹਿਣਾ ਇਸ ਟਾਹਲੀ ਵਿੱਚ ਮੇਰਾ ਬਜ਼ੁਰਗ ਹੈ, ਇਹਨੂੰ ਇਹ ਨਾ ਜ਼ਮੀਨ ਕਿਥੋਂ ਇੱਥੋਂ ਗਏ ਕੋਈ ਮੁਸਲਮਾਨ ਨੂੰ ਪੈ ਕੇ। ਮੈਂ ਜਿੰਨੀ ਕੁ ਮੈਨੂੰ ਕਾਫੀ ਸਮਾਂ ਪਹਿਲਾਂ ਪੜ੍ਹੀ ਸੀ, ਅੱਜ ਯਾਦ ਆ ਗਈ ਕਿਉਂਕਿ ਪ੍ਰਕਰਨ ਨੇ ਚੱਲਿਆ। ਕਹਿੰਦੇ ਨੇ ਸਿੱਖ ਜਦੋਂ ਵਾਪਸ ਆਇਆ, ਉਹ ਬਜ਼ੁਰਗ ਉਸ ਘਰ ਦਾ, ਉਹ ਟਾਹਲੀ ਦੇ ਕੋਲ ਗਿਆ, ਉਹਨੇ ਟਾਹਲੀ ਨੂੰ ਦੇਖਿਆ, ਅੱਖਾਂ ਭਰੀਆਂ ਤੇ ਤੁਰਨ ਲੱਗਿਆ, ਭਾਵੇਂ ਉਸ ਆਪਣੇ ਖੂਨ ਹੀ ਸੀ, ਮੁਸਲਮਾਨਾਂ ਨਾਲ ਬੋਲਦਾ ਨਹੀਂ ਸੀ, ਪਰ ਤੁਰਨ ਲੱਗਿਆ ਉਹਨਾਂ ਨਾਲ ਬੋਲ ਕੇ ਕਹਿੰਦਾ ਇੱਕ ਕੰਮ ਕਰਿਓ, ਜੋ ਮਰਜ਼ੀ ਹੋ ਜਾਏ ਇਹ ਕਾਲੀ ਟਾਹਲੀ ਨਾ ਡਿੱਗਣ ਦਿਆ, ਇਹ ਸਾਡੇ ਬਜ਼ੁਰਗਾਂ ਦੀ ਹੈ, ਇਹਨੂੰ ਡਿੱਗਣ ਨਹੀਂ ਦੇਣਾ। ਵਾਪਸ ਆ ਗਏ, ਜਿਨ੍ਹਾਂ ਨੂੰ ਜ਼ਮੀਨ ਅਲਾਟ ਹੋਈ ਇੱਥੋਂ ਉਹ ਗਏ ਜੀ, ਉਹਨਾਂ ਜਾਂਦਿਆਂ ਸਾਰ ਆਪਣੇ ਖੇਤ ਭੱਠਿਆਂ ਵਾਲਿਆਂ ਨੂੰ ਦੇ ਦਿੱਤੇ, ਉਹਨਾਂ ਨੇ ਇੱਟਾਂ
ਵਿੱਚੋਂ ਕੱਢਣੀਆਂ ਸਨ ਮਿੱਟੀ ਨਾਲ। ਉਹਨਾਂ ਨੇ ਜਦੋਂ ਮਿੱਟੀ ਪੱਟਣੀ ਸ਼ੁਰੂ ਕੀਤੀ ਤੇ ਉਹ ਮੁਸਲਮਾਨ ਪਰਿਵਾਰ, ਉਹਨਾਂ ਕਿਹਾ ਕੰਮ ਕਰੋ, ਇਹਦੀ ਮਿੱਟੀ ਨਾਲ ਜੜਾ ਨਾ ਕਿਤੇ ਖਾਲੀ ਕਰ ਦਿਆ ਜੇ। ਤੇ ਜਿਹਨੂੰ ਜ਼ਮੀਨ ਅਲਾਟ ਹੋਈ ਉਹ ਕਹਿੰਦਾ ਤੁਹਾਡਾ ਹੱਕ ਕੀ, ਮੇਰਾ ਵੀ ਹੱਕ ਹੈ, ਟਾਲੀ ਵਿੱਚ ਸਾਂਝੀ ਵੱਟ ਉੱਤੇ ਖੈ, ਮੇਰੀ ਮਰਜ਼ੀ, ਮੈਂ ਆਪਣੇ ਪਾਸੇ ਉਹ ਛਾਂਗਾ ਇਹਦੀ ਜੜ ਰੱਖਾਂ ਨਾ ਰੱਖਾਂ। ਕਹਿੰਦੇ ਉਸ ਮੁਸਲਮਾਨ ਦੀ ਅੱਖਾਂ ਭਰੀਆਂ, ਕਹਿੰਦਾ ਚਲੋ ਸਾਡੇ ਨਾਲ ਬੋਲਦੇ ਤਾਂ ਨਹੀਂ ਸਨ, ਆਪਣੇ ਤਾਂ ਹੈ ਸਨ ਨਾ, ਟਾਲੀ ਨੂੰ ਘੱਟੋ ਘੱਟ ਮਿੱਟੀ ਤੇ ਲਾਉਂਦੇ ਸਨ, ਜੜਾਂ ਨੂੰ ਮਿੱਟੀ ਪੱਟਦੇ ਤੇ ਨਹੀਂ ਸਨ। ਮਹਿਸੂਸ ਕੀਤਾ ਉਹਨੇ, ਖੋਇਆ ਕਿ ਜੀ ਗੱਲ ਵੱਧਦੀ ਗਈ। ਜਿਨ੍ਹਾਂ ਨੂੰ ਜ਼ਮੀਨ ਅਲਾਟ ਹੋਈ ਉਹਨਾਂ ਕਿਹਾ ਗੱਲ ਇਹ ਟਾਲੀ ਦਾ ਮੁੱਲ ਪਾਓ, ਜਾਂ ਤੁਸੀਂ ਟਾਲੀ ਵੱਢ ਕੋ ਲੈ ਜਾਓ ਜਾਂ ਅਸੀਂ ਲੈ ਜਾਂਦੇ। ਹੁਣ ਉਸ ਜਿਹੜਾ ਉੱਥੇ ਰਹਿ ਰਿਹਾ ਪਰਿਵਾਰ ਜਿਹਦੇ ਬਜ਼ੁਰਗਾਂ ਦੀ ਟਾਲੀ ਹੈ, ਉਹਦੇ ਕੋਲ ਪੈਸੇ ਇਤਨੇ ਨਹੀਂ ਕਿ ਉਹ ਟਾਲੀ ਨੂੰ ਖਰੀਦ ਸਕੇ। ਉਹ ਚਾਹੁੰਦਾ ਕਿ ਟਾਲੀ ਮੇਰੇ ਕੋਲ ਰਹੇ, ਮੇਰੇ ਵੱਡੇ ਵਡੇਰਿਆਂ ਦੀ ਨਿਸ਼ਾਨੀ ਹੈ, ਤੇ ਜਿਹੜਾ ਇੱਥੋਂ ਗਿਆ ਉਹਨੂੰ ਤਾਂ ਕੋਈ ਇੰਨਾ ਉਹਦੇ ਨਾਲ ਨਹੀਂ ਕੋਈ ਮੋਹ ਮਮਤਾ ਨਹੀਂ ਉਹਦੇ ਕੋਲ ਪੈਸੇ ਨੂੰ। ਕਹਿੰਦਾ ਪੈਸੇ ਚੁੱਕੋ, ਟਾਲੀ ਦਿਓ ਮੈਨੂੰ। ਕਹਿੰਦੇ ਮੁੱਕ ਦੀ ਗੱਲ ਕਿ ਉਹ ਜ਼ਮੀਨ ਪੱਟੀ ਗਏ ਤੇ ਮੀਂਹ ਪਿਆ ਇਤਨਾ ਜ਼ਿਆਦਾ, ਇੱਕ ਦਿਨ ਕੀ ਹੋਇਆ ਕਿ ਉਹਦੀ ਜੜ ਹਲ ਗਈ ਤੇ ਟਾਲੀ ਡਿੱਗ ਪਈ। ਜਦੋਂ ਟਾਲੀ ਡਿੱਗੀ ਅੱਧਾ ਉਹਦਾ ਟਾਣ ਇੱਕ ਖੇਤ ਵਿੱਚ, ਅੱਧੇ ਦੂਜੇ ਖੇਤ ਵਿੱਚ। ਉਹ ਜਿਹਨੂੰ ਅਲਾਟ ਜ਼ਮੀਨ ਹੋਈ ਸੀ ਉਹਨੇ ਆ ਕੇ ਕਿਹਾ, ਕਹਿੰਦਾ ਦੇਖੋ ਟਾਲੀ ਡਿੱਗ ਪਈ, ਹੁਣ ਕੱਟਣੀ ਪੈਣੀ ਹਰ ਹਾਲਤ ਵਿੱਚ, ਜਾਂ ਤੁਸੀਂ ਪੈਸੇ ਦੇ ਕੇ ਲੈ ਜਾਓ ਜਾਂ ਮੈਂ ਲੈ ਜਾਣਾ। ਹੁਣ ਜਿਨ੍ਹਾਂ ਦੇ ਬਜ਼ੁਰਗਾਂ ਟਾਲੀ ਲਈ ਉਹਦੇ ਕੋਲ ਪੈਸੇ ਨੇ, ਉਹਨੇ ਕਿਹਾ ਚਲੋ ਕੋਈ ਨੀ, ਕੱਲ ਨੂੰ ਬੋਲੀ ਕਰ ਲੈਂਦੇ ਹਾਂ, ਤੁਸੀਂ ਸਾਨੂੰ ਪੈਸੇ ਦੇ ਦਿਓ, ਅਸੀਂ ਟਾਲੀ ਖਰੀਦਣ ਜੋਗੇ ਨਹੀਂ। ਜੁੜਿਆ ਸੀ ਰੁੱਖ ਨਾਲ। ਦੂਸਰੇ ਦਿਨ ਬੋਲੀ ਹੋਣੀ ਸੀ, ਉਹ ਸ਼ਾਮ ਢਲੀ ਤੇ ਖੇਤਾਂ ਵਿੱਚ ਚਲਾ ਗਿਆ, ਉਸ ਟਾਲੀ ਦੇ ਕੋਲ ਜਾ ਕੇ ਬੈਠ ਗਿਆ, ਉਹਦੀ ਜੜ ਨੂੰ ਹੱਥ ਲਾਏ, ਉਹਦੇ ਤਣੇ ਨੂੰ ਹੱਥ ਲਾਇਆ ਤੇ ਉਹਦੇ ਕੋਲ ਬੈਠ ਕੇ ਤਣੇ ਉੱਤੇ ਬੈਠ ਕੇ ਰੋਣ ਲੱਗ ਪਿਆ। ਕਹਿੰਦਾ ਚਲੋ ਆਪਣੇ ਸਨ ਨਹੀਂ ਸਨ ਬੋਲਦੇ, ਭਾਵੇਂ ਸਾਡੇ ਨਾਲ ਵਰਤਨ ਵਿਹਾਰ ਨਹੀਂ ਸੀ, ਪਰ ਆਹ ਦਿਨ ਨਹੀਂ ਸੀ ਦੇਖਣਾ ਜਿਹੜੀ ਅੱਜ ਟਾਲੀ ਡਿੱਗ ਪਈ, ਵੱਡਿਆਂ ਦੀ ਯਾਦ ਡਿੱਗ ਪਈ। ਕਹਿੰਦਾ ਅੱਜ ਸਾਰੀ ਰਾਤ ਟਾਲੀ ਕੋਲ ਰਹਾਂਗਾ, ਸਵੇਰੇ ਵੱਢੀ ਜਾਣਾ। ਕਹਿੰਦੇ ਅੱਧੀ ਰਾਤ ਤੋਂ ਬਾਅਦ ਉਹਨੇ ਕੀ ਦੇਖਿਆ, ਸਾਹਮਣੇ ਇੱਕ ਆਦਮੀ ਤੁਰਿਆ ਹੁੰਦਾ, ਉਹਨੇ ਚਾਦਰ ਜੀ ਲਪੇਟੀ। ਉਹਦੇ ਮਨ ਚ ਆਇਆ ਇਹ ਰਾਤ ਇੰਨੀ ਗਈ, ਇਹ ਕੌਣ? ਤੇ ਉਹ ਆਦਮੀ ਟਾਲੀ ਦੇ ਨੇੜੇ ਆਇਆ, ਉਹਨੇ ਆਵਾਜ਼ ਦੇ ਕੇ ਪੁੱਛਿਆ, ਮੁਸਲਮਾਨ ਨੇ ਤੂੰ ਕੌਣ? ਉਹ ਅੱਗੋ ਸਿੱਖ ਸੀ ਜਿਹੜੇ ਜ਼ਮੀਨ ਛੱਡ ਕੇ ਆਏ ਸਨ। ਉਹਨੇ ਆਪਣਾ ਨਾਮ ਦੱਸਿਆ, ਮੈਂ ਫਲਾਣਾ ਸਿੰਘ। ਉਹ ਕਹਿੰਦਾ ਤੂੰ ਕਿਵੇਂ ਆ ਗਿਆ? ਕਹਿੰਦਾ ਮੈਂ ਤਾਂ ਟਾਲੀ ਵੇਖਣ ਆਇਆ ਸਾਂ, ਵੀ ਕੀ ਹੋ ਜਾਈਏ ਜੀ, ਕਹਿਮ ਹੈ ਕਿ ਨਹੀਂ, ਧਿਆਨ ਦਿਓ ਮੇਰੀ ਬੇਨਤੀ, ਸਮਝ ਗਏ ਤੁਸੀਂ? ਉਹ ਕਹਿੰਦਾ ਤੂੰ ਕਿਵੇਂ ਆਇਆ, ਉਦੋਂ ਸਰਹੱਦ ਪਾਰ ਹੋ ਜਾਂਦੇ ਸੀ। ਉਹ ਕਹਿੰਦਾ ਅਸਲ ਚ ਸੋਨਾ ਦੱਬਿਆ ਰਹਿ ਗਿਆ ਸੀ ਇੱਥੇ, ਮੈਂ ਉਹ ਸੋਨਾ ਲੈਣ ਆਇਆ ਸਾਂ, ਸੋਨਾ ਮੇਰੇ ਕੋਲ ਹੈ, ਮੈਂ ਦਿਨ ਚੜ੍ਹੇ ਤੱਕ ਸਰਹੱਦ ਪਾਰ ਕਰਨੀ ਹੈ, ਮੈਂ ਹਿੰਦੁਸਤਾਨ ਵੀ ਜਾਣਾ, ਪਰ ਮੇਰੇ ਮਨ ਨੇ ਕਿਹਾ ਵੱਡੇ ਵਡੇਰਿਆਂ ਦੀ ਟਾਲੀ ਵੇਖ ਜਾਵਾਂ। ਕਹਿੰਦਾ ਇਹ ਕੀ ਬਣ ਗਿਆ, ਟਾਲੀ ਡਿੱਗ ਪਈ, ਸਾਡਾ ਖੇਤ ਪੱਟ ਦਿੱਤਾ? ਉਹ ਰੋ ਕੇ ਗਲੇ ਨਾਲ ਲਾ ਕੇ ਕਹਿੰਦਾ ਤੁਸੀਂ ਚਲੇ ਗਏ, ਇਹ ਖੇਤ ਅਲਾਟ ਹੋਇਆ ਕਿਸੇ ਨੂੰ, ਉਹਨਾਂ ਨੇ ਪੱਟੀ ਮਿੱਟੀ ਬੜੇ ਤਰਲੇ ਕੀਤੇ, ਪਰ ਇਹ ਟਾਲੀ ਦੀ ਸੰਭਾਲ ਉਹ ਆਪਣੇ ਪਾਸੋਂ ਪੱਟੀ ਗਏ, ਕੱਟੀ ਗਏ, ਅੱਜ ਇਹ ਡਿੱਗ ਪਈ ਏ। ਤੇ ਕਹਿੰਦਾ ਤੂੰ ਇੱਥੇ ਕਿਉਂ ਬੈਠਾ ਆ ਕੇ? ਸਿੱਖ ਪੁੱਛਦਾ, ਕਹਿੰਦਾ ਸਵੇਰੇ ਇਹਦੀ ਬੋਲੀ ਖੋਣੀ ਏ, ਇਹਨੂੰ ਖਰੀਦਿਆ ਜਾਣਾ, ਸਾਨੂੰ ਪੈਸੇ ਮਿਲ ਜਾਣੇ ਨੇ, ਆਖਰੀ ਵਾਰੀ ਇਸ ਟਾਲੀ ਨੂੰ ਦੇਖਣ ਆਇਆ, ਬਜ਼ੁਰਗਾਂ ਦੀ ਯਾਦ ਨਾਲ ਗੱਲਾਂ ਕਰਨ ਆਇਆ। ਉਹ ਸਿੱਖ ਕੋਲ ਸੋਨਾ ਸੀ, ਕਹਿਣ ਲੱਗਾ ਵੇਖੋ ਭਰਾਵਾ, ਮੈਂ ਵਾਪਸ ਖਾਲੀ ਹੱਥ ਜਾਣਾ, ਸੋਨਾ ਲੈ ਜਾ, ਸੋਨਾ ਵੇਚ ਕੇ ਕੱਲ ਨੂੰ ਇਹਨੂੰ ਖਰੀਦ ਕੇ ਲਜਾਈ, ਕਿਉਂਕਿ ਬਜ਼ੁਰਗਾਂ ਦੀ ਯਾਦ ਕਿਸੇ ਘਰ ਵੇਚ ਕੇ ਨਹੀਂ ਜਾਣੀ ਚਾਹੀਦੀ। ਉਹਨੇ ਜਦੋਂ ਕਹਾਣੀ ਦਾ ਮੋੜ ਇਹੋ ਜਿਹਾ ਦਿੱਤਾ, ਸੋਨਾ ਦੇਖ ਕੇ ਕਹਿੰਦਾ ਬਜ਼ੁਰਗਾਂ ਦੀ ਟਾਲੀ, ਉਹਦਾ ਨਾਮ ਵੀ ਕਾਲੀ ਟਾਲੀ, ਬਜ਼ੁਰਗਾਂ ਦੀ ਯਾਦ ਟਾਲੀ ਵਿਕੇ ਨਾ, ਸੋਨਾ ਤੋਲ ਕੇ ਦੇ ਦੇਈ। ਸਵੇਰੇ ਬੋਲੀ ਖੋਣੀ ਸੀ ਤੇ ਉਹਨੇ ਇੱਕ ਗੱਲ ਕੀ, ਕਹਿੰਦਾ ਇਹਨੂੰ ਘਰ ਲਿਜਾ ਕੇ ਬਾਲੀ ਨਾ, ਇੱਕ ਕੰਮ ਕਰੀ, ਇਹਦੇ ਸ਼ਤੀਰ ਬਣਾਈ,
ਇਹਦੇ ਬਾਲੇ ਬਣਾਈ, ਜਦੋਂ ਤੇਰੇ ਬੱਚੇ ਸੌਣਗੇ ਬਜ਼ੁਰਗਾਂ ਦੀ ਛਾਂ ਹੀ ਸਿਰ ਉੱਤੇ ਚੰਗੀ ਲੱਗਦੀ ਹੁੰਦੀ। ਮੈਂ ਇੱਕ ਬੇਨਤੀ ਕਰਾਂ, ਉਹਨੇ ਰੁੱਖ ਦੀ ਗੱਲ ਕਰਦਿਆਂ ਇਹਨੇ ਅੰਦਰ ਦੇ ਜਜ਼ਬੇ ਨੂੰ ਟੁੰਬ ਦਿੱਤਾ। ਭਾਈ ਗੁਰਦਾਸ ਸਾਹਿਬ ਨੇ ਮੁੱਦਤ ਪਹਿਲਾਂ ਕਿਹਾ ਕਿ ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹਿੰਦੇ ਦੁੱਖ ਜਗ ਵਰਸਾ ਹੈ। ਦਰਵੇਸ਼ ਹੈ ਰੁੱਖ, ਉਹ ਆਪ ਦੁੱਖ ਸਹਿੰਦਾ, ਸੱਚ ਏਵੇ ਸਾਨੂੰ ਸੁੱਖ ਦਿੰਦਾ। ਅਸੀਂ ਲੂ ਚੱਲੇ ਏਸੀ ਥੱਲੇ ਆਉਂਦੇ ਹਾਂ, ਆ ਬਾਹਰ ਰੁੱਖ ਤਾਂ ਵਿਚਾਰਾ ਕਦੀ ਨੀ ਕਹਿੰਦਾ ਕਿ ਇੰਨੀ ਗਰਮੀ ਪੈਂਦੀ ਹੈ ਮੇਰੇ ਉੱਤੇ ਵੀ ਤੁਸੀਂ ਪੜਦਾ ਕੋਈ ਕਰ ਦੇ, ਇੰਨੀ ਸੀਤ ਪੈਂਦੀ ਹੈ, ਕੱਕਰ ਪੈਂਦੇ ਨੇ, ਉਹਦੇ ਪੱਤੇ ਚੜ ਜਾਂਦੇ ਨੇ, ਪਰ ਕਹਿੰਦਾ ਕੋਈ ਗੱਲ ਨੀ ਤੂੰ ਮੈਨੂੰ ਕੱਟੀ ਨਾ, ਮੈਂ ਇਹਨੂੰ ਸਹਿ ਕੇ ਵੀ ਕੁਝ ਮਹੀਨਿਆਂ ਬਾਅਦ ਤੈਨੂੰ ਨਵੇਂ ਪੱਤੇ ਦੇ ਦਿਆਂ। ਕੋਈ ਹੈ ਇਹੋ ਜਿਹਾ ਦਰਵੇਸ਼? ਇਸ ਕਰਕੇ ਹੈ ਅਸੀਂ ਲੋਕ ਘਰ ਰੋਜ਼ ਬਦਲ ਸਕਦੇ ਹਾਂ, ਰੋਜ਼ ਥਾਵਾਂ ਬਦਲ ਸਕਦੇ ਹਾਂ, ਪਰ ਰੁੱਖ ਸਾਰੀ ਜ਼ਿੰਦਗੀ ਇੱਕ ਥਾਂ ਤੇ ਰਹਿੰਦਾ ਹੈ, ਜਿੱਥੋਂ ਪੈਦਾ ਹੁੰਦਾ ਮਰਦਾ ਵੀ ਹੋਵੇ ਉੱਥੇ ਵੀ ਸੱਚ ਏਵੇ, ਉਹ ਰੋਜ਼ ਰੋਜ਼ ਥਾਵਾਂ ਨਹੀਂ ਬਦਲਦਾ। ਤੇ ਜਿਹੜੇ ਰੁੱਖ ਦੀ ਰੋਜ਼ ਥਾਂ ਬਦਲੀ ਜਾਓ ਕਦੀ ਤਰੱਕੀ ਨਹੀਂ ਕਰਦਾ, ਰੁੱਖ ਦੀ ਥਾਂ ਇੱਕ ਹੈ। ਭਾਈ ਗੁਰਦਾਸ ਸਾਹਿਬ ਨੇ ਤਾਂ ਇੱਕ ਸ਼ਬਦ ਵਰਤੇ, ਕਹਿਣ ਲੱਗੇ ਸਫਲ ਬਿਰਖ ਨੇਚਲ ਮਤੀ, ਕਹਿੰਦੇ ਨੇ ਰੁੱਖ ਉਹ ਹੀ ਸਫਲ ਜਿਹੜਾ ਇੱਕ ਥਾਂ ਤੇ ਟਿਕਿਆ। ਭਾਈ ਸਾਹਿਬ ਦੇ ਬਚਨ ਨੇ ਕਿ ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਉਹਦੀਆਂ ਜੜਾਂ ਧਰਤੀ ਤੇ ਨੇ, ਉਹਦੇ ਪੱਤੇ ਉੱਤੇ ਨੇ, ਸਿਰ ਥੱਲੇ ਵੇ ਪੈਰ ਉੱਤੇ ਨੇ। ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹਿੰਦੇ ਦੁੱਖ ਜਗ ਵਰਸਾਇਆ। ਫਲ ਦੇ ਲਾਇਨ ਭੁੱਖ ਵੱਟ ਵਗਾਇਆ, ਵੱਟੇ ਮਾਰੋ ਤੇ ਫਲ ਦੇ ਕੇ ਭੁੱਖ ਦੂਰ ਕਰ ਦਿੰਦੇ। ਫਲ ਦੇ ਲਾਇਨ ਭੁੱਖ ਵੱਟ ਵਗਾਇਆ, ਸ਼ਾਮ ਘਣੀ ਬੈ ਸੁੱਖ ਮਨ ਪਰਚਾਇਆ, ਵੱਢਣ ਆਏ ਮਨੁੱਖ ਆਪ ਤਿਸ਼ਾਇਆ, ਕਹਿੰਦੇ ਨੇ ਵਿਰਲੇ ਹੀ ਸਨਮੁੱਖ ਭਾਣਾ ਪਾਇਆ। ਉਹਨਾਂ ਨੇ ਰੁੱਖ ਨੂੰ ਦਰਵੇਸ਼ ਨਾਲ ਤੁਲਨਾ ਦਿੱਤੀ। ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਹੈ, ਮਾਰੂ ਰਾਗ ਚ ਕਿਤੇ ਪੜਿਓ ਪੂਰਾ ਸ਼ਬਦ, ਉੱਥੇ ਉਦਾਹਰਨਾਂ ਤਾਂ ਚਾਰ ਪੰਜ ਨੇ, ਸਿਰ ਮੈਂ ਰੁੱਖ ਦੀ ਚੁਣੀ ਹੈ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਗੁਰੂ ਅਰਜੁਨ ਦੇਵ ਸਾਹਿਬ ਕਹਿੰਦੇ ਰੁੱਖ ਨੂੰ ਤਿੱਖੇ ਸ਼ਸਤਰ ਨਾਲ ਕੱਟਿਆ, ਪਰ ਕਦੀ ਉਹ ਰੋਸ ਨਹੀਂ ਕਰਦਾ, ਗਿਲਾ ਨਹੀਂ ਕਰਦਾ, ਉਹ ਉਲਾਮੇ ਨਹੀਂ ਦਿੰਦਾ। ਤੇ ਜਿੰਨੇ ਕੱਟਿਆ, ਜਿੱਦਣ ਉਹ ਥੱਕ ਗਿਆ ਪਾਣੀ ਵਿੱਚ ਤਰਦਾ ਹੋਇਆ, ਤੇ ਰੁੱਖ ਨੇ ਕਸ਼ਤੀ ਬਣਾ ਕੇ ਉਹਨੂੰ ਪਾਰ ਕਰ ਦਿੱਤਾ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆਉ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ਼। ਅਗਲੇ ਬਚਨ ਨੇ ਚਰਨ ਤਲੈ ਉਹ ਗਾਹੇ ਬੈਸਿਓ, ਸ਼ਰਮ ਨਾ ਰਹੋ ਸ਼ਰੀਰ, ਮਹਾਸਾਗਰ ਨਹਿ ਵਿਆਪੈ ਖਿਨੈ ਉਤਾਰਿਓ। ਤੀਰ ਇੱਕ ਖਿਨ ਵਿੱਚ ਉਹਨੂੰ ਦੂਜੇ ਕਿਨਾਰੇ ਤੇ ਲਾ ਦਿੱਤਾ। ਮੈਨੂੰ ਕਿਉਂਕਿ ਪ੍ਰਕਰਨ ਦਿੱਤਾ ਗਿਆ ਕਿ ਵੀ ਇਸ ਸੰਬੰਧੀ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ। ਹੁਣ ਦੇਖੋ ਪਾਣੀ ਹੈ, ਅਸੀਂ ਦੇਖਨੇ ਹਾਂ ਪਾਣੀ ਸਾਡੀ ਜ਼ਿੰਦਗੀ ਹੈ। ਸੋਚਣਾ ਕਿ ਅਸੀਂ ਆਪਣੀਆਂ ਪੁਸ਼ਤਾਂ ਵਾਸਤੇ ਪੀੜ੍ਹੀਆਂ ਵਾਸਤੇ ਬਹੁਤ ਕੁਝ ਕਰਨੇ। ਮੇਰੀ ਬੇਨਤੀ ਵੱਲ ਤੁਸੀਂ ਧਿਆਨ ਦਿਆ ਜੀ, ਆਪਾਂ ਘਰ ਬਣਾਉਂਦੇ ਹਾਂ ਤੇ ਇੱਕ ਗੱਲ ਕਹਿੰਦੇ ਹਾਂ ਕਿ ਜਿਹੜਾ ਮੈਂ ਘਰ ਹੁਣ ਬਣਾ ਦਿੱਤਾ, ਇਸ ਘਰ ਦੇ ਅੰਦਰ ਮੇਰੇ ਪੁੱਤ ਪੋਤੇ ਪੜਪੋਤੇ ਵੀ ਰਹਿਣ, ਉਹਨਾਂ ਨੂੰ ਇੱਟ ਲਾਉਣ ਦੀ ਲੋੜ ਨਹੀਂ। ਇਹਦਾ ਮਤਲਬ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਘਰ ਬਣਾਉਂਦੇ ਪਏ। ਅਸੀਂ ਦੁਕਾਨ ਬਣਾਉਂਦੇ ਹਾਂ ਕਿ ਆਉਣ ਵਾਲੇ ਪੁੱਤ ਪੋਤਿਆਂ ਵਾਸਤੇ ਵੀ ਬਿਜ਼ਨਸ ਕਰ ਦਿੱਤਾ, ਕਮੀ ਨਹੀਂ। ਸੱਚ ਏਵੇ ਦੁਕਾਨ ਆਉਣ ਵਾਲਿਆਂ ਲਈ ਬਣਾਉਣਾ ਪਏ, ਮਕਾਨ ਆਉਣ ਵਾਲਿਆਂ ਲਈ ਬਣਾਉਣਾ ਪਏ, ਜ਼ਮੀਨ ਆਉਣ ਵਾਲਿਆਂ ਲਈ ਖਰੀਦਣਾ ਪਏ। ਪਰ ਮਕਾਨ ਦੁਕਾਨ ਤੇ ਜ਼ਮੀਨ ਕੀ ਕਰੇਗੀ ਜੇ ਤੇਰੀ ਔਲਾਦ ਵਾਸਤੇ ਨਾ ਪਾਣੀ ਰਿਹਾ ਤੇ ਨਾ ਹਵਾ ਰਹੀ।